हाँ जी दोस्तों किदा सारे ठीक ठाक हो ते आ साडी गरारी बाज आइटम आ देखो जो लत्ता लमका के बिच पानी दे तो भाई बांदर फोन ना चेक के ले जावे आ पीछे ਤੁਹਾਡੇ ਲੱਗਾ ਟਾਈਮ ਦੇ ਆ ਲੱਗੇ ਆਈਟਮਾਂ ਹੁਣ ਉਹ ਭਾਈ ਸਾਹਿਬ ਦੇਖੋ ਸਾਡੇ ਉਹ ਸਾਹਮਣੇ ਹੈ ਉਹ ਲਾ ਕੇ ਕੱਪੜੇ ਕੁੱਪੜੇ ਦਹਿ ਤੁਹਾਡੇ ਹੋਏ ਆ ਇੱਕ ਦੂਜੇ ਦਿਵਾਲੇ ਸ਼ੈਪ ਕਿੱਥੇ ਆਪਣਾ ਉਹ ਸ਼ੈਪ ਸਾਡਾ ਗਿਆ ਸਮਾਨ ਕੱਢਣ ਉਧਰੋਂ ਬਾਈਕ ਦੇ ਵਿੱਚੋਂ ਤੇ ਇਹ ਭਾਈ ਸਾਹਿਬ ਮੋਬਾਈਲ ਚਲਾ ਰਿਹਾ ਤੇ ਇਹ ਹੈਲਪਰ ਹੈ ਉਹਦਾ ਸ਼ੈਪ ਦਾ ਤੇ ਚਾਹ ਲੱਗੀ ਹੈ ਬਣਨ ਕਾਫੀ ਆਹ ਦੇਖੋ ਇਹ ਬਣੂਗੀ ਫਿਰ ਆਪਣੇ ਕੋਲ ਸਵੇਰ ਦੇ ਪਰੌਂਠੇ ਪਏ ਆ ਉਹ ਖਾਵਾਂਗੇ ਤੇ ਜੇ ਘਰੇ ਲੈ ਗਏ ਘਰ ਦੇ ਲੱਤਾਂ ਬਾਹਾਂ ਦੇਣੀਆਂ ਤੋੜ ਪੂਰਾ ਫੁੱਲ ਇੰਜੋਏ ਕਰਦੇ ਆਪਣੇ ਭਰਾ ਤੇ ਪਰ ਲੱਕ ਬਹੁਤ ਤੋੜਿਆ ਇਹਨਾਂ ਨੇ ਅੱਜ ਸਾਨੂੰ ਭਜਾ ਭਜਾ ਕੇ ਸਾਨੂੰ ਪਤਾ ਨਹੀਂ ਕੀਤਾ ਸਤੀਸ਼ ਨੇ ਕੀਤਾ ਉਹ ਭਾਜੀ ਵੀ ਕਹਿ ਨਾਲ ਜਗ੍ਹਾ ਨੀ ਮਿਲੀ ਨਜ਼ਾਰਾ ਦੇਖੋ ਕਿੱਦਾਂ ਦਾ ਇੱਥੇ ਲੋਕ ਇਹ ਹੈਗਾ ਆਪਣੇ ਹੈਂਗਿੰਗ ਬ੍ਰਿਜ ਇਹ ਕੰਧੋਲਾ ਬ੍ਰਿਜ ਕਹਿੰਦੇ ਇਹਨੂੰ ਬੜਾ ਮਸ਼ਹੂਰ ਹੈ ਇਹ ਸਾਰਾ ਉਹ ਤੋਂ ਲੈ ਕੇ ਇੱਥੇ ਤੱਕ ਇਹ ਸਾਰਾ ਤਾਰਾਂ ਦੇ ਸਹਾਰੇ ਟਿਕਿਆ ਹੋਇਆ ਇਹਦੇ ਥੱਲੇ ਕੋਈ ਸਪੋਰਟ ਨਹੀਂ ਹੈਗੀ ਉੱਪਰ ਤਾਰਾਂ ਦੇ ਸਹਾਰੇ ਇਹ ਟਿਕਿਆ ਹੋਇਆ ਨਹੀਂ ਇੱਧਰ ਆ ਯਾਰ ਇੱਧਰ ਆ ਭਲਵਾਨ ਜੀ ਇੱਧਰ ਆਓ ਨਾ ਜਾਓ ਉੱਧਰ ਪਾਣੀ ਬਹੁਤ ਤੇਜ਼ ਹੈ ਰਿਸਕ ਨਹੀਂ ਲੈਣਾ ਕਿਸੇ ਚੀਜ਼ ਦਾ ਵੀ ਅਤੇ ਇੱਧਰ ਭਾਈ ਹੁਣ ਇੰਜੋਏ ਕਰਦੇ ਅੰਜੂ ਲੁਣੀ ਅਤੇ ਪਾਣੀ ਬੜਾ ਠੰਡਾ ਅਤੇ ਸਾਫ਼ ਹੈ ਨਹਾਉਣ ਨੂੰ ਦਿਲ ਮੇਰਾ ਕਰਦਾ ਪਰ ਮੈਂ ਨਹੀਂ ਉਹ ਯਾਰ ਨਹਾਉਣਾ ਨਹੀਂ ਉਹ ਤਾਂ ਮੈਂ ਆ ਗਿਆ ਬਹੁਤ ਠੰਡਾ ਸੱਜੀ ਬਹੁਤ ਮਜ਼ਾ ਆਉਂਦਾ ਪਾਣੀ ਬਹੁਤ ਠੰਡਾ ਆ ਆਪਾਂ ਨੀ ਇਹਦੇ ਚ ਵੜ ਸਕਦੇ ਭਾਈ ਆਪਾਂ ਤਾਂ ਗਰਮ ਪਾਣੀ ਨਾਲ ਨੀ ਨਹਾਈਦਾ ਨਹਾਈਦਾ ਹੀ ਨੀ ਆਪਾਂ ਨਹਾਉਂਦੇ ਹੀ ਨੀ ਪਾਣੀ ਯਾਰ ਬਹੁਤ ਠੰਡਾ ਮਰ ਜਾਣਾ ਹੈ ਦੁੱਧ ਫੜ ਗਿਆ ਯਾਰ